ਗੁੱਡ ਮਾਰਨਿੰਗ ਆ ਜੀ ਸਾਰਿਆਂ ਨੂੰ। ਅੱਜ ਪ੍ਰੋਗਰਾਮ ਆ ਜੀ ਕਰਦੇ ਹਾਂ ਸਰ, ਗਲਤ ਚੀਜ਼ਾਂ ਦੀ ਪ੍ਰਮੋਸ਼ਨ ਨਾ ਕਰਿਆ ਕਰੋ। ਜੇ ਤੁਸੀਂ ਆਪਣੇ ਪੇਜ ਚਲਾਉਣੇ ਆ ਨਾ ਤਾਂ ਯਾਰ ਮੈਨੂੰ ਉੱਦਾਂ ਫੋਟੋ ਭੇਜ ਦਿਆ ਕਰੋ, ਮੈਂ ਸ਼ੇਅਰ ਕਰ ਦਿਆ ਕਰੂੰਗਾ ਸਾਰਿਆਂ ਦੇ ਨਾਲ, ਕੋਈ ਚੱਕਰ ਨਹੀਂ। ਮੈਂ ਇਹ ਨਹੀਂ ਕਹਿੰਦਾ ਕਿ ਮੇਰੀ ਕੋਈ ਵੀ ਗਲਤ ਚੀਜ਼ ਆ ਯਾਰ ਉਹਦੀ ਪ੍ਰਮੋਸ਼ਨ ਨਾ ਕਰਿਆ ਕਰੋ, ਚੰਗੀਆਂ ਚੀਜ਼ਾਂ ਪ੍ਰਮੋਟ ਕਰੋ ਬਈ ਜਿਹੜੀਆਂ ਵਧੀਆ ਨੇ, ਜਿਨ੍ਹਾਂ ਤੋਂ ਕੁਛ ਲੋਕ ਸਿੱਖਣ। ਵਧੀਆ ਚੀਜ਼ਾਂ ਪਾਓ ਯਾਰ, ਅਸੀਂ ਵੀ ਪ੍ਰਮੋਟ ਕਰਾਂਗੇ। ਪਰ ਸਾਡੇ ਕਿਸੇ ਨੇ ਨਹੀਂ ਪ੍ਰਮੋਸ਼ਨ ਲਈ ਸੀ, ਮੈਂ ਤੁਹਾਡੀ ਲਾਊਂਗਾ। ਜਿਹੜਾ ਜਿਹੜਾ ਵੀਰ ਆਪਣੇ ਪੇਜ ਦੀ ਪ੍ਰਮੋਸ਼ਨ ਕਰਾਉਣਾ ਚਾਹੁੰਦਾ ਮੈਨੂੰ ਦੱਸੋ, ਮੈਂ ਕਰੂੰਗਾ ਠੋ। ਸੋ ਅੱਜ ਪ੍ਰੋਗਰਾਮ ਆ ਜੀ, ਸਾਰੇ ਜਾਣੇ ਪਹੁੰਚ ਜਾਓ। ਕੱਲ੍ਹ ਨੂੰ ਅਸੀਂ ਪਰਸੋਂ ਚੱਲ ਜਾਣਾ ਨਿਊਜ਼ੀਲੈਂਡ ਨੂੰ, ਫਿਰ ਨਿਊਜ਼ੀਲੈਂਡ ਸ਼ੋਅ ਨੇ, ਫਿਰ ਮਿਲਦੇ ਹਾਂ ਕਨੇਡਾ ਵਾਲੇ। ਇਹ ਮੁੱਦਾ ਤਾਂ ਦਿੱਲੀ ਜਾ ਰਿਹਾ 3-4 ਦਿਨਾਂ ਦਾ, ਕਿਉਂਕਿ ਇਹ ਹੁਣ ਪਾਣੀ ਸਿਰ ਤੋਂ ਲੰਘ ਗਿਆ ਯਾਰ, ਹੁਣ ਇਹਦਾ ਹੱਲ ਕਰਨਾ ਪੈਣਾ, ਤਾਂ ਕਰਕੇ ਇਹ ਮੁੱਦਾ ਇੰਨਾ ਚੱਕਿਆ ਹੋਇਆ ਸੀ। ਸੋ ਇੱਜ਼ਤ ਦੀ ਤਾਂ ਗੱਲ ਆ ਗਈ ਸੀ ਯਾਰ, ਹੋਰ ਤਾਂ ਕੁਛ ਨਹੀਂ। ਪਰ ਫਿਰ ਵੀ ਜਿਹੜੇ ਬੰਦੇ ਸਪੋਰਟਰ ਆ, ਲਵ ਯੂ ਆ ਯਾਰ, ਬਹੁਤ ਜਣਿਆਂ ਦੇ ਮੈਸੇਜ ਆ ਰਹੇ ਆ ਕਿ ਬਾਈ ਤੁਸੀਂ ਅਪਸੈਟ ਨਾ ਹੋਵੋ। ਯਾਰ ਅਪਸੈਟ ਨਹੀਂ ਹੈਗਾ ਮੈਂ, ਉੱਦਾਂ ਹੀ ਚੰਗਾ ਹੀ ਲੱਗਦਾ ਯਾਰ ਇਹੋ ਜਿਹਾ ਕੁਛ, ਕੀ ਯਾਰ ਫਾਕਾ ਬੜੀਆਂ ਚੀਜ਼ਾਂ ਇਹ। ਆਪਾਂ ਆਪਣਾ ਜ਼ਮੀਰ ਭੁਲਾ ਕੇ ਯਾਰ ਕਿਸੇ ਨੂੰ ਥੱਲੇ ਸਿੱਟਣ ਨੂੰ ਇੰਨਾ ਜ਼ੋਰ ਲਾਉਂਦੇ ਹਾਂ ਕਿ ਬੰਦਾ ਥੱਲੇ ਡਹਿ ਪਵੇ। ਉਹ ਪਰਮਾਤਮਾ ਚੜ੍ਹਾਈ ਕਰਾਉਣ ਵਾਲਾ, ਕੋਈ ਕੁਛ ਨਹੀਂ ਕਰ ਸਕਦਾ। ਬਾਕੀ ਫਨ ਹਰੇਕ ਬੰਦਾ ਕਰਦਾ ਯਾਰ, ਅਸੀਂ ਵੀ ਕਰਦੇ ਹਾਂ, ਕੋਈ ਕਿਸੇ ਤਰੀਕੇ ਨਾਲ ਕਰਦਾ, ਕੋਈ ਕਿਸੇ ਤਰੀਕੇ ਨਾਲ ਕਰਦਾ, ਪਰ ਉਹ ਫਨ ਹੀ ਹੁੰਦਾ ਵਾ ਉਹਨੂੰ। ਸੋ ਉਹਨੂੰ ਫਨ ਦੇ ਤੌਰ ਤੇ ਹੀ ਲੈ ਲਿਆ ਕਰੋ, ਸੀਰੀਅਸ ਨਾ ਲਿਆ ਕਰੋ। ਬਾਕੀ ਠੀਕ ਹੈ ਯਾਰ, ਜਿਹੜੇ ਸਪੋਰਟ ਕਰਦੇ ਬਾਈ ਲਵ ਯੂ ਆ, ਗੀਤ ਆ ਜਾਣਾ ਆਪਣਾ ਕੱਲ ਨੂੰ। ਹੁੰਦੀ ਦੇਖ ਦੇਖ ਕੇ ਚੜਾਈ ਜੱਟ ਦੀ, ਮੇਰੇ ਬੈਰੀਆਂ ਦੇ ਦਿਲ ਕੱਟਦੇ ਨੀ, ਜਦੋਂ ਜਦੋਂ ਮਾਰੀ ਜਾਵਾਂ ਪੈਰਿਸ, ਉਹ ਜਦੋਂ ਜਦੋਂ ਮਾਰੀ ਜਾਵਾਂ ਪੈਰਿਸ ਤੇ ਨੀ, ਮੇਰਾ ਮਾਰਦਾ ਬਲੱਡ ਲੂਰੀਆਂ, ਸੜਕਾਂ ਤੇ ਹੁੰਦੀਆਂ ਨੇ ਬੰਦ ਗੱਡੀਆਂ ਨੀ, ਜਦੋਂ ਸ਼ਹਿਰ ਦੇ ਵਿੱਚ, ਪਰ ਕਿਸੇ ਨੇ ਆਉਣਾ ਨਹੀਂ ਭੁੱਲਣਾ। ਪਾਸਪੋਰਟ ਜਾਂ ਕੋਈ ਵੀ ਆਪਣੀ ਆਈ ਡੀ ਲੈ ਕੇ ਆਈ ਡੀ ਤੇ ਡੇਟ ਆਫ ਬਰਥ। ਲੰਡਨ ਲੰਡਨ ਲਓ ਜੀ, ਐਡਲੈਡ ਸ਼ੋ ਵਾਲੇ ਹੋ ਜਾਓ ਤਿਆਰ, ਅਸੀਂ ਵੀ ਲੱਗਿਆ ਆਉਣ ਤਿਆਰ, ਤੇ ਪਹੁੰਚੋ ਮੇਰਾ ਭਰਾ, ਸਾਰੇ ਜਾਣੇ ਹਮ ਆ ਕੇ ਪਹੁੰਚੋ, ਮਿਲਦੇ ਹਾਂ। ਸਾਡੇ ਨਾਲ ਵੱਧ ਟੈਨਸ਼ਨ ਇਹਨਾਂ